ਅੱਜ ਦੇ ਇਸ ਵੀਡੀਓ ਟਿਊਟੋਰੀਅਲ ਵਿੱਚ ਆਪਾਂ ਮਾਈਕ੍ਰੋਸਾਫਟ ਪੇਂਟ ਨੂੰ ਵਰਤਣਾ ਸਿੱਖਾਂਗੇ। ਮਾਈਕ੍ਰੋਸਾਫਟ ਪੇਂਟ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ। ਇਹ ਸਾਨੂੰ ਕੰਪਿਊਟਰ ਵਿੱਚ ਚਿੱਤਰਕਾਰੀ ਕਰਨ, ਪੇਂਟਿੰਗ ਕਰਨ ਵਿੱਚ ਮਦਦ ਕਰਦਾ ਹੈ। ਸੋ ਆਓ ਦੇਖੀਏ ਮਾਈਕ੍ਰੋਸਾਫਟ ਪੇਂਟ ਨੂੰ ਕਿੱਦਾਂ ਖੋਲ੍ਹਿਆ ਜਾਂਦਾ ਹੈ। ਮਾਈਕ੍ਰੋਸਾਫਟ ਪੇਂਟ ਨੂੰ ਖੋਲ੍ਹਣ ਲਈ ਤੁਸੀਂ ਸਟਾਰਟ ਬਟਨ 'ਤੇ ਕਲਿੱਕ ਕਰੋ, ਰਨ 'ਤੇ ਕਲਿੱਕ ਕਰੋ। ਇੱਥੇ ਟਾਈਪ ਕਰੋ MS Paint, PAINT ਇਕੱਠਾ ਪਾਉਣਾ ਆ, ਵਨ ਵਰਡ MS Paint। ਤੁਹਾਡੇ ਕੋਲ ਮਾਈਕ੍ਰੋਸਾਫਟ ਪੇਂਟ ਦੀ ਵਿੰਡੋ ਖੁੱਲ੍ਹ ਗਈ ਹੈ। ਤੁਸੀਂ ਉੱਪਰ ਦੇਖ ਸਕਦੇ ਹੋ, ਉੱਪਰ ਸਭ ਤੋਂ ਜਿੱਥੇ ਲਿਖਿਆ ਹੋਇਆ ਅਨਟਾਈਟਲਡ ਪੇਂਟ, ਇਹ ਪੇਂਟ ਦੀ ਟਾਈਟਲ ਬਾਰ ਹੈ। ਇੱਧਰੋਂ ਅਸੀਂ ਇਸ ਦੀ ਵਿੰਡੋ ਨੂੰ ਇਸ ਬਟਨ ਤੋਂ ਮਿਨੀਮਾਈਜ਼ ਕਰ ਸਕਦੇ ਹਾਂ ਇਸ ਤਰ੍ਹਾਂ। ਇੱਥੋਂ ਫਿਰ ਅਸੀਂ ਇਸ ਨੂੰ ਰੀਸਟੋਰ ਕਰ ਸਕਦੇ ਹਾਂ, ਫੁੱਲ ਸਾਈਜ਼, ਪਹਿਲਾਂ ਵਾਲਾ ਸਾਈਜ਼ ਰੀਸਟੋਰ, ਮੈਕਸੀਮਾਈਜ਼ ਕਰ ਸਕਦੇ ਹਾਂ। ਇਹ ਕਲੋਜ਼ ਬਟਨ ਹੈ, ਇਸ ਤੋਂ ਅਸੀਂ ਇਸ MS Paint ਦੀ ਵਿੰਡੋ ਨੂੰ ਕਲੋਜ਼ ਕਰ ਸਕਦੇ ਹਾਂ। ਫਿਰ ਦੇਖੋ ਅਸੀਂ ਕੀ ਕੀਤਾ ਆ, ਮਿਨੀਮਾਈਜ਼ ਬਟਨ ਦੁਬਾਰਾ ਕਲਿੱਕ ਕਰੋ, ਫਿਰ ਉਹ ਵਿੰਡੋ ਤੁਹਾਡੇ ਸਾਹਮਣੇ ਆ ਜਾਏਗੀ। ਵਿਚਕਾਰਲਾ ਬਟਨ ਮੈਕਸੀਮਾਈਜ਼ ਰੀਸਟੋਰ ਬਟਨ ਹੈ, ਰੀਸਟੋਰ ਕੀਤਾ। ਇੱਥੋਂ ਤੁਸੀਂ ਕੋਰਨਰ 'ਤੇ ਜਦੋਂ ਮਾਊਸ ਦਾ ਤੀਰ ਲੈ ਕੇ ਜਾਂਦੇ ਹੋ ਤਾਂ ਦੋ ਮੂੰਹਾ ਤੀਰ ਬਣਦਾ ਆ। ਇਸ ਤੋਂ ਤੁਸੀਂ ਇਸਦੀ ਵਿੰਡੋ ਦਾ ਸਾਈਜ਼ ਘਟਾ ਵਧਾ ਸਕਦੇ ਹੋ। ਲੈਫਟ ਬਟਨ ਦੱਬ ਕੇ ਡਰੈਗ ਕਰੋਗੇ, ਜਦੋਂ ਮਾਊਸ ਨੂੰ ਹਿਲਾਓਗੇ, ਖੱਬਾ ਬਟਨ ਦੱਬ ਕੇ ਰੱਖਣਾ ਆ, ਤਾਂ ਤੁਸੀਂ ਇਸਦੀ ਸਕਰੀਨ ਨੂੰ ਵੱਡਾ ਛੋਟਾ ਕਰ ਸਕਦੇ ਹੋ। ਚਲੋ ਅਸੀਂ ਮੈਕਸੀਮਾਈਜ਼ ਕਰਨਾ ਆ। ਮੈਕਸੀਮਾਈਜ਼ ਤੋਂ ਭਾਵ ਹੁੰਦਾ ਵੀ ਜਿੱਡੀ ਤੁਹਾਡੀ ਕੰਪਿਊਟਰ ਦੀ ਸਕਰੀਨ ਹੈ ਵਿੰਡੋ, ਉੱਡੀ ਆਪਣੇ ਆਪ ਸੈੱਟ ਹੋ ਜਾਏਗੀ। ਇਸ ਬਟਨ 'ਤੇ ਕਲਿੱਕ ਕਰੋ, ਮੈਕਸੀਮਾਈਜ਼ ਹੋ ਗਈ। ਸੋ ਟਾਈਟਲ ਬਾਰ ਤੁਹਾਨੂੰ ਮੈਂ ਦੱਸਿਆ ਸੀਗਾ, ਇੱਥੇ ਫਾਈਲ ਦਾ ਨਾਂ ਆਊਗਾ ਜੋ ਤੁਸੀਂ ਫਾਈਲ ਬਣਾਉਣੀ ਹੈ, ਇੱਥੇ ਸੋਫਟਵੇਅਰ ਦਾ ਨਾਂ ਹੈ ਪੇਂਟ। ਸੋ ਸਭ ਤੋਂ ਪਹਿਲਾਂ ਅਸੀਂ ਆਪਣੀ ਫਾਈਲ ਨੂੰ ਸੇਵ ਕਰਾਂਗੇ, ਫਾਈਲ ਨੂੰ ਨਾਮ ਦੇ ਕੇ ਅਸੀਂ ਸੇਵ ਕਰ ਲਈਏ, ਤਾਂ ਕਿ ਜੇ ਕੰਪਿਊਟਰ ਬੰਦ ਵੀ ਹੋ ਜਾਵੇ ਤਾਂ ਜੋ ਅਸੀਂ ਕੰਮ ਕਰਾਂਗੇ ਉਹ ਸੇਵ ਰਹੇ। ਫਾਈਲ ਮੀਨੂ 'ਤੇ ਕਲਿੱਕ ਕਰੋ, ਸੇਵ ਐਜ਼ 'ਤੇ ਕਲਿੱਕ ਕਰੋ, JPG ਫਾਰਮੈਟ ਚੁਣਨਾ ਆ। ਧਿਆਨ ਨਾਲ ਬੱਚਿਓ, ਫਾਈਲ ਸੇਵ ਐਜ਼ JPG, ਜਾਂ ਤੁਸੀਂ ਇੱਥੇ ਕੋਈ ਵੀ ਫਾਰਮੈਟ ਚੁਣ ਸਕਦੇ ਹੋ, PNG, JPG, BMP, GIF। ਤੁਸੀਂ ਇਹਨਾਂ 'ਚੋਂ ਜਿਹੜਾ ਵੀ ਫਾਰਮੈਟ ਚੁਣਨਾ ਹੈ ਉਹ ਚੁਣ ਸਕਦੇ ਹੋ, ਜਾਂ ਅਦਰ ਫਾਰਮੈਟਸ, ਪਰ ਅਸੀਂ JPG ਚੁਣਾਂਗੇ। ਆਮ ਫੋਟੋ ਹੈ ਜਿਹੜੀ ਉਹ JPG ਫਾਰਮੈਟ 'ਚ ਹੁੰਦੀ ਹੈ, JPEG ਵੀ ਕਹਿ ਦਿੰਦੇ ਨੇ ਇਹਨੂੰ। ਕਲਿੱਕ ਕਰੋ, ਲੋਕੇਸ਼ਨ ਚੁਣੋ ਖੱਬੇ ਹੱਥ ਤੋਂ, ਇਹ ਸੇਵ ਡਾਇਲੋਗ ਬਾਕਸ ਹੈ। ਅਸੀਂ ਡੈਸਕਟੌਪ ਚੁਣਦੇ ਹਾਂ, ਡੈਸਕਟੌਪ ਮੁੱਢਲੀ ਸਕਰੀਨ ਹੁੰਦੀ ਹੈ ਕੰਪਿਊਟਰ ਦੀ। ਇੱਥੇ ਫਾਈਲ ਦਾ ਨਾਂ ਦਿਓ, ਫਾਈਲ ਦਾ ਨਾਂ ਤੁਸੀਂ ਕੋਈ ਵੀ ਦੇ ਲੈਣਾ, ਜਿੱਦਾਂ ਮੈਂ ਲਿਖਦਾ ਮਾਈ ਫਾਈਲ। ਉਦੋਂ ਬਾਅਦ ਸੇਵ ਬਟਨ 'ਤੇ ਕਲਿੱਕ ਕਰਨਾ ਆ। ਲੋਕੇਸ਼ਨ ਆਪਾਂ ਨੇ ਯਾਦ ਰੱਖਣੀ ਹੈ ਵੀ ਅਸੀਂ ਫਾਈਲ ਨੂੰ ਕਿੱਥੇ ਸੇਵ ਕਰ ਰਹੇ ਹਾਂ, ਜਾਂ ਤੁਸੀਂ ਡਾਕੂਮੈਂਟ ਚੁਣ ਸਕਦੇ ਹੋ, ਜਾਂ ਤੁਸੀਂ ਡੈਸਕਟੌਪ। ਆਪਾਂ ਡੈਸਕਟੌਪ ਚੁਣੀ ਹੈ, ਸੇਵ। ਤਾਂ ਤੁਸੀਂ ਦੇਖੋਗੇ ਕਿ ਸਾਡੀ ਫਾਈਲ ਉੱਪਰ, ਦੇਖੋ ਫਾਈਲ ਦਾ ਨਾਂ myfile.jpg, JPG ਫੋਟੋ ਦੀ ਐਕਸਟੈਂਸ਼ਨ ਹੁੰਦੀ ਹੈ, ਨਾਮ ਉੱਪਰ ਆ ਗਿਆ। ਹੁਣ ਅਸੀਂ ਆਪਣੀ ਫਾਈਲ ਨੂੰ ਸੇਵ ਕਰ ਲਿਆ, ਅਤੇ ਹੁਣ ਅਸੀਂ ਇਸ 'ਚ ਕੰਮ ਕਰਾਂਗੇ। ਇਹ ਸਾਡੇ ਜੋ ਤੁਸੀਂ ਵਾਈਟ ਏਰੀਆ ਦੇਖ ਰਹੇ ਹੋ, ਚਿੱਟਾ ਏਰੀਆ, ਇਹ ਸਾਡਾ ਵਰਕਿੰਗ ਏਰੀਆ ਆ। ਇਹਨੂੰ ਵਰਕਿੰਗ ਏਰੀਆ ਕਹਿੰਦੇ ਆ। ਇਸ ਦਾ ਸਾਈਜ਼ ਅਸੀਂ ਘਟਾ ਵਧਾ ਸਕਦੇ, ਛੋਟੇ ਛੋਟੇ ਡੋਟਸ ਨੇ, ਸਕੇਅਰ, ਇੱਕ ਆਹ ਵਾਲਾ ਆ, ਇੱਕ ਕੋਰਨਰ 'ਚ ਹੈ, ਇੱਕ ਇੱਧਰੋਂ ਹੈ। ਤੁਸੀਂ ਜਦੋਂ ਮਾਊਸ ਦੇ ਤੀਰ ਨੂੰ ਇਹਨਾਂ ਡੋਟਸ ਦੇ ਨੇੜੇ ਲੈ ਕੇ ਜਾਓਗੇ ਤਾਂ ਦੋ ਮੂੰਹਾਂ ਤੀਰ ਬਣ ਜੂਗਾ, ਦੇਖੋ ਇੱਥੇ ਕੋਰਨਰ 'ਤੇ, ਇੱਥੇ। ਇੱਥੋਂ ਤੁਸੀਂ ਖੱਬਾ ਬਟਨ ਦੱਬ ਕੇ ਜਦੋਂ ਨੀਚੇ ਨੂੰ ਕਰੋਗੇ ਤਾਂ ਇਹਦਾ ਸਾਈਜ਼ ਵਧਾ ਘਟਾ ਸਕਦੇ ਹੋ ਚਿੱਟੀ ਵਿੰਡੋ ਦਾ, ਉੱਥੋਂ ਤੁਸੀਂ ਛੋਟਾ ਵੀ ਕਰ ਸਕਦੇ ਹੋ। ਇਹ ਦੇਖ ਲੈਣਾ ਆ, ਕਲੀਅਰ? ਆਹ ਜਿਹੜੀਆਂ ਵਾਈਟ ਡੋਟਸ ਨੇ, ਇਹਨਾਂ ਤੋਂ ਜਦੋਂ ਤੁਸੀਂ ਮਾਊਸ ਦਾ ਐਰੋ ਲੈ ਕੇ ਜਾਓਗੇ, ਦੋ ਮੂੰਹਾਂ ਐਰੋ ਬਣ ਜਾਂਦਾ ਹੈ। ਖੱਬਾ ਬਟਨ ਦੱਬ ਕੇ ਰੱਖਣਾ ਆ, ਮਾਊਸ ਨੂੰ ਹਿਲਾਉਣਾ ਆ, ਤਾਂ ਤੁਸੀਂ ਵੱਡਾ ਕਰ ਸਕਦੇ ਹੋ। ਇੱਥੋਂ ਤੁਸੀਂ ਨੀਚੇ ਕਰ ਸਕਦੇ ਹੋ, ਇੱਧਰੋਂ ਜਿੱਡੀ ਤੁਹਾਡੀ ਸਕਰੀਨ ਆ ਉੱਡਾ ਵੱਡਾ ਕਰ ਲੈਣਾ ਆ। ਉਸ ਤੋਂ ਬਾਅਦ ਤੁਹਾਨੂੰ ਮੈਂ ਟੂਲਸ ਦੱਸੂੰਗਾ ਕੁਛ, ਵੀ ਅਸੀਂ ਕਿੱਦਾਂ ਕੰਮ ਕਰਨਾ ਆ। ਇਹ ਸਾਡੀ ਮੀਨੂ ਬਾਰ ਹੈ, ਫਾਈਲ, ਇਹ ਹੋਮ ਰੀਬਨ, ਇਹ ਵਿਊ ਮੀਨੂ। ਸੋ ਹੋਮ 'ਤੇ ਅਸੀਂ ਸਭ ਤੋਂ ਪਹਿਲਾ ਟੂਲ ਜਿਹੜਾ ਅਸੀਂ ਚੁਣਾਂਗੇ ਉਹਨੂੰ ਪੈਨਸਲ ਟੂਲ ਕਹਿੰਦੇ ਹੈ। ਕੁਛ ਸਕਿੰਟ ਮਾਊਸ ਰੱਖੋਗੇ ਤਾਂ ਤੁਹਾਨੂੰ ਦਿਖ ਜੂਗਾ ਵੀ ਇਹ ਕੀ ਹੈ। ਪੈਨਸਲ 'ਤੇ ਕਲਿੱਕ ਕਰੋ, ਇੱਧਰੋਂ ਤੁਸੀਂ ਰੰਗ ਚੁਣ ਸਕਦੇ ਹੋ। ਪਹਿਲਾ ਕਲਰ ਜੋ ਚੁਣੋਗੇ ਉਹ ਕਲਰ ਨਾਲ ਤੁਸੀਂ ਨੀਚੇ ਡਰਾਇੰਗ ਕਰ ਸਕਦੇ ਹੋ। ਸੋ ਖੱਬਾ ਬਟਨ ਦੱਬ ਕੇ ਤੁਸੀਂ ਦੇਖ ਦਿਓ ਕਿ ਪੈਨਸਲ ਨਾਲ ਤੁਸੀਂ ਕੁਛ ਵੀ ਬਾਹ ਸਕਦੇ ਹੋ, ਕੁਛ ਵੀ ਲਿਖ ਸਕਦੇ ਹੋ। ਜੇ ਇਸ ਨੂੰ ਸਾਫ਼ ਕਰਨਾ ਆ ਤਾਂ ਆਹ ਨੀਚੇ ਟੂਲ ਆ, ਇਰੇਜ਼ਰ, ਇਰੇਜ਼ਰ ਮੈਨੇ ਰਬੜ ਮਟੇਣ ਲਈ, ਤੁਸੀਂ ਇਹਨੂੰ
ਮਟੇ ਸਕਦੇ ਹੋ। ਖੱਬਾ ਬਟਨ ਦੱਬ ਕੇ ਹੀ ਹੋਊਗਾ, ਖੱਬਾ ਬਟਨ ਮਾਊਸ ਦਾ ਦੱਬ ਕੇ ਰੱਖਣਾ ਆ ਤੇ ਮਾਊਸ ਨੂੰ ਹਿਲਾਉਣਾ ਆ। ਇਹਦਾ ਸਾਈਜ਼ ਤੁਸੀਂ ਵਧਾ ਸਕਦੇ ਹੋ, ਤੁਹਾਡੇ ਕੀਬੋਰਡ ਤੇ ਇੱਕ ਕੰਟਰੋਲ ਬਟਨ ਹੁੰਦਾ ਆ ਬਿਲਕੁਲ ਖੱਬੇ ਹੱਥ ਕੋਨੇ 'ਚ, ਤੇ ਪਲੱਸ ਦਾ ਸਾਈਨ, ਜੋੜ ਦਾ ਸਾਈਨ ਬਿਲਕੁਲ ਸੱਜੇ ਹੱਥ ਕੀਬੋਰਡ ਦੇ। ਕੰਟਰੋਲ ਬਟਨ ਨੂੰ ਦੱਬ ਕੇ ਜਦੋਂ ਤੁਸੀਂ ਪਲੱਸ ਦਾ ਸਾਈਨ ਦੱਬ ਕੇ ਰੱਖਦੇ ਹੋ ਜਾਂ ਦੱਬਦੇ ਤਾਂ ਇਰੇਜ਼ਰ ਦਾ ਸਾਈਜ਼ ਤੁਸੀਂ ਵਧਾ ਸਕਦੇ ਹੋ। ਪਲੱਸ ਦੇ ਸਾਈਨ ਦੇ ਉੱਪਰ ਹੀ ਘਟਾਓ ਦਾ ਸਾਈਨ ਹੁੰਦਾ ਆ ਨੈਗੇਟਿਵ, ਤੁਸੀਂ ਉਸ ਬਟਨ ਤੋਂ ਇਸ ਦਾ ਸਾਈਜ਼ ਛੋਟਾ ਕਰ ਸਕਦੇ ਹੋ, ਨਿਚਲੇ ਪਲੱਸ ਵਾਲੇ ਬਟਨ ਤੋਂ ਬੜਾ। ਬੜਾ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਖੱਬਾ ਬਟਨ ਦੱਬ ਕੇ ਸਾਰੇ ਨੂੰ ਸਾਫ਼ ਕਰ ਸਕਦੇ ਹੋ। ਸੋ ਜਿਹੜਾ ਰੰਗ ਤੁਸੀਂ ਚੁਣੋਗੇ, ਜਿੱਦਾਂ ਹਰਾ ਚੁਣਿਆ, ਇੱਥੋਂ ਪੈਨਸਲ ਚੁਣੀ ਤਾਂ ਉਹਨੇ ਹਰਾ ਡਰਾਇੰਗ ਕਰੂਗਾ, ਇਰੇਜ਼ਰ ਨਾਲ ਅਸੀਂ ਇਸ ਨੂੰ ਸਾਫ਼ ਕਰ ਸਕਦੇ ਹਾਂ। ਖੱਬਾ ਬਟਨ ਦੱਬ ਕੇ ਰੱਖਣਾ, ਕੋਈ ਵੀ ਟੂਲ ਹੈ ਜਿਹੜਾ ਉਹ ਖੱਬਾ ਬਟਨ ਦੱਬੇ ਤੇ ਹੀ ਚੱਲੇਗਾ। ਸੋ ਕਲਰ 1 ਦਾ ਮਤਲਬ ਹੈ ਵੀ ਜੋ ਅਸੀਂ ਪਹਿਲਾ ਕਲਰ, ਫੋਰਗਰਾਉਂਡ ਕਲਰ ਜੋ ਅਸੀਂ ਪਹਿਲਾਂ ਚੁਣਾਂਗੇ। ਇਹ ਤੋਂ ਅੱਗੇ ਦੇਖੋ ਪੇਂਟ ਬਕਟ ਫਿਲ ਵਿਦ ਕਲਰ ਕਹਿ ਦਿੰਦੇ ਆ, ਜਾਂ ਪੇਂਟ ਬਕਟ ਜਾਂ ਫਿਲ ਕਲਰ। ਇਹ ਇਸ ਦੇ ਨਾਲ ਜਦੋਂ ਅਸੀਂ ਸਾਰਾ ਏਰੀਆ ਵਿੱਚ ਰੰਗ ਪਾਉਣਾ ਹੋਵੇ, ਸਾਰਾ ਏਰੀਆ ਇੱਕੋ ਹੀ ਰੰਗ ਦਾ ਕਰਨਾ ਹੋਵੇ, ਸਾਰੀ ਜਗ੍ਹਾ ਇੱਕੋ ਹੀ ਰੰਗ ਦੀ ਕਰਨੀ ਹੋਵੇ, ਉਦੋਂ ਅਸੀਂ ਇਹ ਵਰਤਦੇ ਹਾਂ। ਜਿੱਦਾਂ ਹੁਣ ਸਾਰੇ ਚਿੱਟੇ ਤੇ ਜਦੋਂ ਅਸੀਂ ਇਹਨਾਂ ਤੇ ਕਲਿੱਕ ਕਰਾਂਗੇ ਤਾਂ ਸਾਰਾ ਅਸੀਂ, ਕਿਉਂਕਿ ਕਲਰ 1 ਹਰਾ ਆ ਤਾਂ ਸਾਰੀ ਆਪਣੀ ਵਰਕਿੰਗ ਏਰੀਆ, ਕੰਮ ਕਰਨ ਵਾਲਾ ਏਰੀਆ ਜਿੱਥੇ ਅਸੀਂ ਪੇਂਟ ਕਰਨਾ, ਜਿੱਥੇ ਅਸੀਂ ਤਸਵੀਰ ਬਣਾਉਣੀ ਆ, ਉਹ ਹਰਾ ਹੋ ਗਿਆ। ਇੱਦਾਂ ਹੀ ਜੇ ਅਸੀਂ ਆਹ ਰੰਗ ਚੁਣਦੇ ਹਾਂ ਤਾਂ ਤੁਸੀਂ ਰੰਗ ਬਦਲ ਸਕਦੇ ਹੋ। ਦੇਖੋ ਜਿਹੜਾ ਰੰਗ ਤੁਹਾਨੂੰ ਕਲਰ 1 ਚ ਦਿਖੂਗਾ ਉਹੀ ਇੱਥੋਂ ਆਪਾਂ ਨੇ ਫਿਲ ਕਲਰ ਚੁਣਿਆ ਹੋਇਆ। ਫਿਲ ਵਿਦ ਕਲਰ ਟੂਲ ਆਉਂਦਾ ਆ, ਟੈਕਸਟ ਟੂਲ, ਜਿਹਦੇ ਨਾਲ ਅਸੀਂ ਆਪਣੇ ਡਰਾਇੰਗ ਵਾਲੇ ਖੇਤਰ ਵਿੱਚ ਅੱਖਰ ਲਿਖ ਸਕਦੇ ਹਾਂ। ਇਸ 'ਤੇ ਏ ਤੋਂ ਡਰਾਇੰਗ ਟੂਲ ਹੁੰਦਾ ਹੈ, ਇਹ 'ਤੇ ਕਲਿੱਕ ਕਰੋ ਅਤੇ ਫਿਰ ਨੀਚੇ ਕਲਿੱਕ ਕਰੋ। ਇੱਥੇ ਤੁਹਾਡੇ ਕੋਲ ਇੱਕ ਬਾਕਸ ਬਣ ਜਾਏਗਾ, ਬਾਕਸ ਦਾ ਸਾਈਜ਼ ਜਿਹੜਾ ਹੈਗਾ ਤੁਸੀਂ ਇੱਥੋਂ ਉਹੀ ਚੌਰਸ ਜਿਹੜੀਆਂ ਡੋਟਸ ਨੇ ਉਹਨਾਂ ਤੋਂ ਵਧਾ ਘਟਾ ਸਕਦੇ ਹੋ, ਜਿੱਦਾਂ ਤੁਸੀਂ ਵਰਕਿੰਗ ਏਰੀਆ ਦਾ ਸਾਈਜ਼ ਘਟਾਇਆ ਵਧਾਇਆ ਸੀਗਾ। ਖੱਬਾ ਬਟਨ ਦੱਬ ਕੇ ਮਾਊਸ ਨੂੰ ਹਿਲਾਉਣਾ ਆ। ਸੋ ਇੱਥੋਂ ਤੁਸੀਂ ਇਹ ਫੌਂਟ ਸਿਲੈਕਸ਼ਨ ਬਾਕਸ ਹੈ, ਇੱਥੋਂ ਫੌਂਟ ਮੈਨੇ ਲਿਖਾਈ ਚੁਣ ਸਕਦੇ ਹੋ। ਇੱਥੋਂ ਤੁਸੀਂ ਫੌਂਟ ਦਾ ਸਾਈਜ਼ ਚੁਣ ਸਕਦੇ ਹੋ, ਅੱਖਰ ਕਿੱਡੇ ਵੱਡੇ ਛੋਟੇ ਪੈਣ, ਪੁਆਇੰਟਸ ਹੁੰਦੇ ਨੇ ਇਹ, 8 ਪੁਆਇੰਟ, 9 ਪੁਆਇੰਟ, 10 ਪੁਆਇੰਟ, 12 ਪੁਆਇੰਟ, 14, ਜਿੰਨਾ ਤੁਹਾਨੂੰ ਸੁਣਨਾ ਹੈ। ਆਪਾਂ 20 ਚੁਣ ਲੈਂਦੇ ਹਾਂ। ਇੱਥੋਂ 20 ਤੋਂ ਬੋਲਡ ਅੱਖਰ ਮੋਟੇ ਪੈਣਗੇ, ਆਈ ਤੋਂ ਅੱਖਰ ਟੇਢੇ ਪੈਣਗੇ, ਯੂ ਤੋਂ ਅੱਖਰ ਅੰਡਰਲਾਈਨ, ਏ ਬੀ ਸੀ ਸਟ੍ਰਾਈਕ, ਇਹ ਸਟ੍ਰਾਈਕ ਹੋ ਜਾਣਗੇ ਸਾਰੇ ਅੱਖਰ। ਇਹਨਾਂ ਬਟਨਾਂ 'ਤੇ ਦੁਬਾਰਾ ਕਲਿੱਕ ਕਰੋਗੇ ਇਹ ਬੰਦ ਹੋ ਜਾਣਗੇ, ਡੀਐਕਟੀਵੇਟ ਕਲਿੱਕ ਕਰੋਗੇ ਐਕਟੀਵੇਟ। ਸੋ ਅਸੀਂ ਇੱਥੋਂ ਰੰਗ ਚੁਣ ਲਿਆ ਲਾਲ, ਹੁਣ ਅਸੀਂ ਇੱਥੇ ਕੁਛ ਲਿਖ ਕੇ ਦੇਖਦੇ ਹਾਂ, ਜਿੱਦਾਂ www.ralmil.com ralmil.com। ਅਤੇ ਜੇਕਰ ਤੁਸੀਂ ਰੰਗ ਬਦਲਣਾ ਆ ਤਾਂ ਇੱਥੋਂ ਰੰਗ ਚੁਣੋ ਪਹਿਲਾਂ। ਦੇਖੋ ਕਲਰ 1 ਨੀਲਾ ਹੋ ਗਿਆ, ਹੁਣ ਅਸੀਂ ਜੋ ਕੁਛ ਵੀ ਲਿਖਾਂਗੇ ਉਹ ਨੀਲੇ ਅੱਖਰ ਦਾ ਪਊਗਾ। ਐਂਟਰ ਬਟਨ ਦੱਬੇ 'ਤੇ ਅਸੀਂ ਲਾਈਨ ਬਦਲ ਸਕਦੇ ਹਾਂ, ਇੱਥੋਂ ਅਸੀਂ ਕੋਈ ਹੋਰ ਲਿਖਾਈ ਚੁਣ ਸਕਦੇ ਹਾਂ, ਜਿੱਦਾਂ ਕਿ ਪੰਜਾਬੀ। ਹੁਣ ਜੇ ਮੈਂ ਲਿਖੂੰਗਾ ਦੇਖੋ, ਤੁਸੀਂ ਪੰਜਾਬੀ ਵੀ ਲਿਖ ਸਕਦੇ ਹਾਂ, ਅਸੀਂ ਅੰਗਰੇਜ਼ੀ ਵੀ ਲਿਖ ਸਕਦੇ ਹਾਂ। ਜਿਹਦਾ ਤੁਸੀਂ ਰੰਗ ਬਦਲਣਾ ਆ ਜਾਂ ਜਿਹ 'ਚ ਤੁਸੀਂ ਕੋਈ ਕਰੈਕਸ਼ਨ ਕਰਨੀ ਆ, ਉਹ 'ਤੇ ਕਲਿੱਕ ਕਰਕੇ ਕਰੈਕਸ਼ਨ ਕਰ ਸਕਦੇ ਹੋ। ਜਿੱਦਾਂ ਮਨਿੰਦਰ ਸਿੰਘ ਜੇ ਅਸੀਂ ਉੱਪਰ ਨਹੀਂ ਲਿਖਣਾ ਤਾਂ ਅਸੀਂ ਇਸਨੂੰ ਬੈਕ ਸਪੇਸ ਨਾਲ ਇਰੇਜ਼ ਕਰ ਸਕਦੇ ਹਾਂ। ਜੇ ਅਸੀਂ ਕੁਛ ਚੀਜ਼ ਇਰੇਜ਼ ਕਰਨੀ ਹੈ, ਜੇ ਅਸੀਂ ਕਿਸੇ ਚੀਜ਼ ਦਾ ਰੰਗ ਬਦਲਣਾ ਆ ਉਹਦੀ ਚੋਣ ਕਰੋ, ਸਾਈਜ਼ ਵੀ ਬਦਲ ਸਕਦੇ ਹੋ। 20 ਤੋਂ ਦੇਖੋ 20 ਤੋਂ ਬੋਲਡ ਕਰ ਸਕਦੇ ਹੋ, ਦੇਖੋ ਬੋਲਡ ਮੈਨੇ ਹੁੰਦਾ ਥੋੜ੍ਹੇ ਜਿਹੇ ਮੋਟੇ ਹੋ ਜਾਂਦੇ ਆ ਅੱਖਰ। ਆਈ ਤੋਂ ਟੇਢੇ, ਥੋੜ੍ਹੀ ਜਿਹੀ ਇਟੈਲਿਕ ਟੇਢੇ, ਆਈ ਦੀ ਸ਼ਕਲ ਵੀ ਦੇਖੋ ਤੁਸੀਂ ਟੇਢੀ ਹੈ, ਸੋ ਅੱਖਰ ਟੇਢੇ ਹੋ ਜਾਣਗੇ। ਯੂ ਤੋਂ ਅੰਡਰਲਾਈਨ, ਥੱਲੇ ਲਾਈਨ ਲੱਗ ਜਾਏਗੀ, ਅਤੇ ਏ ਬੀ ਸੀ ਸਟ੍ਰਾਈਕ ਥਰੋ, ਗੱਬੇ ਲਾਈਨ ਲੱਗ ਜਾਏਗੀ। ਜਿੱਦਾਂ ਮਨਿੰਦਰ ਸਿੰਘ ਨੂੰ ਚੋਣ ਕਰਕੇ ਜੇ ਏ ਬੀ ਸੀ ਕਹਿੰਦੇ, ਸਟ੍ਰਾਈਕ ਥਰੂ ਕਹਿੰਦੇ ਨੇ ਇਹਨੂੰ। ਸੋ ਚੋਣ ਕਰਨੀ ਹੈ, ਚੋਣ ਜ਼ਰੂਰੀ ਹੈ, ਖੱਬਾ ਮਾਊਸ ਬਟਨ ਦਾ ਦੱਬ ਕੇ ਜਿੱਧਰ ਨੂੰ ਲੈ ਕੇ ਜਾਓਗੇ ਉੱਧਰ ਨੂੰ ਚੋਣ ਹੋ ਜਾਏਗੀ। ਠੀਕ ਹੈ ਜੀ, ਰੰਗ ਬਦਲਣਾ ਆ ਗਿਆ ਤੁਹਾਨੂੰ, ਲਿਖਾਈ ਬਦਲਣੀ ਆ ਗਈ, ਫੌਂਟ ਬਦਲਣਾ ਆ ਗਿਆ, ਅੱਖਰਾਂ ਦਾ ਸਾਈਜ਼ ਬਦਲਣਾ ਆ ਗਿਆ, ਅਤੇ ਤੁਸੀਂ ਇਸ ਤੋਂ ਇਸਨੂੰ ਵੱਡਾ ਛੋਟਾ ਵੀ ਕਰ ਸਕਦੇ ਹੋ। ਹੁਣ ਮੈਂ ਤੁਹਾਨੂੰ ਦੱਸਦਾ ਹਾਂ ਟੈਕਸਟ ਟੂਲ ਦਾ ਹੀ ਇੱਕ ਆਪਸ਼ਨ, ਵੀ ਜੇ ਅਸੀਂ ਇੱਥੋਂ ਓਪੇਕ ਚੁਣਿਆ ਆ ਤਾਂ ਬੈਕਗਰਾਊਂਡ ਕਲਰ ਵੀ ਸਾਨੂੰ ਦਿਖੇਗਾ, ਪਿਛਲਾ ਕਲਰ ਦਿਖੇਗਾ ਜੋ ਅਸੀਂ ਕਲਰ 2 'ਚ ਚੁਣਿਆ ਆ। ਭਾਵ ਜੇ ਕਲਰ 2 'ਤੇ ਕਲਿੱਕ ਕਰ ਲਓ, ਫਿਰ ਇੱਥੋਂ ਰੰਗ ਚੁਣੋ, ਅਤੇ ਕਲਰ 1 ਅੱਖਰਾਂ ਦਾ ਰੰਗ ਹੋਊਗਾ, ਕਲਰ 2 ਪਿਛਲਾ ਕਲਰ।
ਜੇ ਤੁਸੀਂ ਟ੍ਰਾਂਸਪੇਰੈਂਟ ਤੇ ਕਲਿੱਕ ਕਰੋਗੇ ਤਾਂ ਕਲਰ ਤੋਂ ਕੋਈ ਮਰਜ਼ੀ ਹੋਵੇ ਪਿਛਲਾ ਰੰਗ ਟ੍ਰਾਂਸਪੇਰੈਂਟ ਹੀ ਹੋਊਗਾ, ਅੱਖਰ ਤੱਤਾਂ ਦੇ ਪਿੱਛੇ ਕੋਈ ਰੰਗ ਨਹੀਂ ਪਊਗਾ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਅੱਖਰਾਂ ਦੇ ਪਿੱਛੇ ਰੰਗ ਹੋਵੇ ਤਾਂ ਫਿਰ ਤੁਸੀਂ ਓਪੇਕ ਚੁਣਨਾ ਆ, ਤੇ ਇੱਥੋਂ ਰੰਗ ਚੁਣਨਾ ਆ ਵੀ ਤੁਸੀਂ ਕਿੱਦਾਂ ਦਾ ਰੰਗ ਚੁਣਿਆ ਆ। ਅੱਖਰਾਂ ਦਾ ਰੰਗ ਤੁਸੀਂ ਕਲਰ 1 ਤੋਂ ਚੁਣਨਾ ਆ। ਅੱਖਰਾਂ ਦਾ ਸਾਈਜ਼ ਤੁਸੀਂ ਇੱਥੋਂ ਚੁਣਨਾ ਆ, ਅੱਖਰਾਂ ਦੀ ਲਿਖਾਈ ਤੁਸੀਂ ਇੱਥੋਂ ਚੁਣਨੀ ਹੈ, ਤੁਸੀਂ ਇੱਥੇ ਕੁਛ ਵੀ ਪਾ ਸਕਦੇ ਹੋ। ਸੋ ਤੁਸੀਂ ਓਪੇਕ ਚੁਣ ਲਿਆ, ਟ੍ਰਾਂਸਪੇਰੈਂਟ ਦਾ ਮਤਲਬ ਹੈ ਪਿੱਛੇ ਕੋਈ ਰੰਗ ਨਹੀਂ ਹੋਊਗਾ, ਓਪੇਕ ਜਦੋਂ ਚੁਣੋਗੇ ਤਾਂ ਜੋ ਕਲਰ 2 'ਚ ਰੰਗ ਹੈ ਉਹ ਰੰਗ ਆ ਜਾਏਗਾ। ਸੋ ਤੁਸੀਂ ਟੈਕਸਟ ਟੂਲ ਸਿੱਖ ਲਿਆ, ਠੀਕ ਹੈ। ਇਰੇਜ਼ ਕਰਨਾ ਆ ਤਾਂ ਤੁਸੀਂ ਇਰੇਜ਼ ਵੀ ਕਰ ਸਕਦੇ ਹੋ। ਇਰੇਜ਼ ਕਰਨ 'ਚ ਕਲਰ ਤੁਹਾਡਾ ਜੋ ਤੁਸੀਂ ਕਲਰ ਚੁਣੋਗੇ ਉਹੀ ਆਊਗਾ। ਸੋ ਕਲਰ 2 ਇਰੇਜ਼ਰ ਦਾ ਕਲਰ 2 ਹੁੰਦਾ ਆ, ਉੱਥੋਂ ਤੁਸੀਂ ਵਾਈਟ ਕਲਰ ਚੁਣ ਲੈਣਾ ਆ ਪਹਿਲਾਂ। ਇਰੇਜ਼ਰ ਦਾ ਕਲਰ ਹਮੇਸ਼ਾ 2 ਹੁੰਦਾ ਆ। ਇੱਥੋਂ ਤੁਸੀਂ ਸਾਈਜ਼ ਚੁਣ ਸਕਦੇ ਹੋ ਇਰੇਜ਼ਰ ਦਾ, ਜਾਂ ਕੰਟਰੋਲ ਪਲੱਸ ਕਰਕੇ ਤੁਸੀਂ ਇਹਦਾ ਸਾਈਜ਼ ਮੈਕਸੀਮਮ ਵਧਾ ਸਕਦੇ ਹੋ ਜਿੱਥੇ ਤੱਕ ਇਹ ਵੱਧਦਾ ਆ, ਠੀਕ ਹੈ ਜੀ। ਤੇ ਇਰੇਜ਼ਰ ਦਾ ਕਲਰ ਹਮੇਸ਼ਾ ਕਲਰ 2 ਹੁੰਦਾ ਆ, ਜਿੱਦਾਂ ਯੈਲੋ। ਜੇ ਇੱਥੇ ਵਾਈਟ ਕਲਰ ਹੋਊਗਾ ਤਾਂ ਇਹ ਵਾਈਟ ਕਰੂਗਾ, ਇਹ ਧਿਆਨ ਰੱਖਣਾ ਆ। ਬ੍ਰਸ਼ਿਜ਼, ਬ੍ਰਸ਼ਿਜ਼ ਤੇ ਕਲਿੱਕ ਕਰੋ। ਪਹਿਲਾ ਬ੍ਰਸ਼ ਅਸੀਂ ਸਿਲੈਕਟ ਕਰਨਾ ਆ, ਦੇਖੋ ਬ੍ਰਸ਼ ਇੱਕ ਕੈਲੀਗ੍ਰਾਫੀ ਬ੍ਰਸ਼, ਇੱਕ ਆ ਨਾਂ ਪੜ੍ਹ ਲੈਣੇ ਕੈਲੀਗ੍ਰਾਫੀ ਬ੍ਰਸ਼, 2 ਏਅਰ ਬ੍ਰਸ਼, ਓਇਲ ਬ੍ਰਸ਼, ਕਰੇਨ, ਮਾਕ, ਨੈਚੁਰਲ ਪੈਨਸਿਲ ਤੇ ਵਾਟਰ ਕਲਰ ਬ੍ਰਸ਼। ਤੁਸੀਂ ਪਹਿਲਾ ਕਲਰ, ਪਹਿਲਾ ਬ੍ਰਸ਼ ਚੁਣ ਲਓ, ਤੇ ਅਸੀਂ ਰੰਗ ਚੁਣਿਆ ਹੈ ਨੀਲਾ, ਤੇ ਤੁਸੀਂ ਕਰਕੇ ਦੇਖੋ ਕਿ ਇਹ ਕਿੱਦਾਂ ਦਾ ਹੈ। ਇਹ ਫਸਟ ਟਾਈਪ ਆਫ ਬ੍ਰਸ਼ ਹੈ, ਇਹ ਸੈਕਿੰਡ ਟਾਈਪ ਆਫ ਬ੍ਰਸ਼ ਹੈ, ਦੇਖੋ ਥੋੜ੍ਹਾ ਜਿਹਾ ਫਰਕ ਹੈ। ਇਹ ਤੀਜਾ ਬ੍ਰਸ਼, ਇਹ ਚੌਥਾ, ਦੇਖੋ ਏਅਰ ਬ੍ਰਸ਼, ਇਹ ਪੰਜਵਾਂ, ਇਹ ਛੇਵਾਂ, ਇਹ ਸੱਤਵਾਂ। ਖੱਬਾ ਬਟਨ ਦੱਬ ਕੇ ਰੱਖਣਾ ਤਾਂ ਹੀ ਚੱਲੂਗਾ। ਇਹ ਅੱਠਵਾਂ, ਇਹ ਨੌਵਾਂ। ਦੇਖੋ ਸਾਰੇ ਬ੍ਰਸ਼ ਅਲੱਗ ਅਲੱਗ ਨੇ, ਮੈਂ ਤੁਹਾਨੂੰ ਫੇਰ ਦੱਸ ਦਵਾਂ। ਪਹਿਲਾਂ ਅਸੀਂ ਇਰੇਜ਼ਰ ਲੈ ਲਈਏ, ਮਟੇ ਦੀਏ ਸਭ ਕੁਛ। ਪਹਿਲਾ ਬ੍ਰਸ਼ ਨੀਚੇ ਨੂੰ ਕਰਦਾ ਆ ਮੈਂ, ਦੇਖੋ। ਦੂਜਾ ਬ੍ਰਸ਼ ਰੰਗ ਬਦਲ ਲੈਂਦੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗੇ ਥੋੜ੍ਹਾ ਜਿਹਾ ਮੋਟਾ ਹੋ ਗਿਆ। ਤੀਜੀ ਤਰ੍ਹਾਂ ਦਾ ਬ੍ਰਸ਼ ਰੰਗ ਬਦਲ ਲੈਂਦੇ ਹਾਂ, ਖੱਬਾ ਬਟਨ ਦੱਬ ਕੇ ਥੱਲੇ ਨੂੰ ਕਰਨਾ ਹੈ। ਇਹਨਾਂ ਦੋਨਾਂ 'ਚ ਕੁਛ ਜ਼ਿਆਦਾ ਫਰਕ ਨਹੀਂ ਹੈ। ਪਰ ਚੌਥਾ, ਪੰਜਵਾਂ, ਛੇਵਾਂ ਤੇ ਸੱਤਵਾਂ ਸਾਡਾ ਬ੍ਰਸ਼ ਹੈ ਜਿਹੜਾ ਮਾਰਕਰ, ਕਾਲਾ ਰੰਗ ਕਰ ਲੈਂਦੇ ਹਾਂ ਅਸੀਂ, ਕਲਰ 1 ਹੀ ਹੋਊਗਾ। ਅਤੇ ਅਗਲਾ ਬ੍ਰਸ਼ ਤੁਸੀਂ ਦੇਖ ਸਕਦੇ ਹੋ ਇੱਥੋਂ, ਇਹ ਬ੍ਰਸ਼। ਜਦੋਂ ਤੁਸੀਂ ਬ੍ਰਸ਼ ਚੁਣਿਆ ਹੈ ਤਾਂ ਇੱਥੋਂ ਤੁਸੀਂ ਬ੍ਰਸ਼ ਦਾ ਸਾਈਜ਼ ਚੁਣ ਸਕਦੇ ਹੋ, ਪਤਲਾ। ਇਹ ਸਾਰੇ ਬ੍ਰਸ਼ਿਜ਼ 'ਤੇ ਲਾਗੂ ਹੁੰਦਾ ਆ, ਇੱਥੋਂ ਜ਼ਿਆਦਾ ਮੋਟਾ ਹੋ ਗਿਆ, ਇੱਥੋਂ ਜ਼ਿਆਦਾ। ਜੇ ਬ੍ਰਸ਼ ਦਾ ਰੰਗ ਬਦਲਣਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਕਿੱਥੋਂ ਬਦਲਣਾ ਆ। ਸੋ ਇਹ ਬ੍ਰਸ਼ਿਜ਼ ਨੇ, ਠੀਕ ਹੈ ਜੀ। ਆਪਾਂ ਇਰੇਜ਼ ਕਰ ਦਿੰਦੇ ਹਾਂ ਇਹਨਾਂ ਨੂੰ। ਇੱਥੋਂ ਸ਼ੇਪਸ ਨੇ, ਲਾਈਨ, ਲਾਈਨ ਜੇ ਸਿੱਧੀ ਮਾਰਨੀ ਹੈ ਤਾਂ ਸ਼ਿਫਟ ਬਟਨ ਦੱਬ ਕੇ, ਸ਼ਿਫਟ ਬਟਨ ਦੱਬ ਕੇ ਜਦੋਂ ਲਾਈਨ ਮਾਰੋਗੇ ਬਿਲਕੁਲ ਸਿੱਧੀ, ਜੇ ਸ਼ਿਫਟ ਬਟਨ ਦੀ ਵਰਤੋਂ ਨਹੀਂ ਕਰੋਗੇ ਤਾਂ ਟੇਢੀ ਲਾਈਨ ਪਊਗੀ, ਤੁਸੀਂ ਟੇਢੀ ਲਾਈਨ ਬਣਾ ਸਕਦੇ ਹੋ। ਦੇਖੋ ਜੇ ਸ਼ਿਫਟ ਬਟਨ ਦੱਬੋਗੇ ਤਾਂ ਬਿਲਕੁਲ ਸਿੱਧੀ ਲਾਈਨ ਪਏਗੀ। ਲਾਈਨ ਦਾ ਕਲਰ 1 ਹੀ ਹੋਣਾ ਆ, ਜਿਹੜੀ ਲਾਈਨ ਦਾ ਤੁਸੀਂ ਕਲਰ ਪਾਉਣਾ ਆ ਉਹ ਚੁਣ ਸਕਦੇ ਹੋ, ਠੀਕ ਹੈ ਜੀ। ਇੱਧਰੋਂ ਤੁਸੀਂ ਲਾਈਨ ਨੂੰ ਬਣਾ ਕੇ ਖਿੱਚ ਸਕਦੇ ਹੋ, ਇਹ ਦੇਖ ਲੈਣਾ ਆ ਤੁਸੀਂ। ਇਹ ਓਵਲ ਹੈ, ਇਸਨੂੰ ਕਰਵ ਕਹਿੰਦੇ ਆ, ਇਹ ਓਵਲ ਸ਼ੇਪ ਹੈ, ਓਵਲ ਸ਼ੇਪ, ਅੰਡਾਕਾਰ ਸ਼ੇਪ। ਜੇ ਸ਼ਿਫਟ ਬਟਨ ਦੱਬ ਕੇ ਮਾਊਸ ਨਾਲ ਇਹਦੀ ਸ਼ੇਪ ਪਾਉਂਗੇ ਤਾਂ ਬਿਲਕੁਲ ਗੋਲ ਬਹੇਗੀ, ਜੇ ਸ਼ਿਫਟ ਬਟਨ ਦੀ ਮਦਦ ਤੋਂ ਬਿਨਾਂ ਪਾਉਂਗੇ ਤਾਂ ਤੁਸੀਂ ਕਿਸ ਤਰ੍ਹਾਂ ਦਾ ਵੀ ਸ਼ਕਲ ਪਾ ਸਕਦੇ ਹੋ।
अंडाकार, ये विच रंग भरने का फिल कलर की वरतों करो। देखो ये तुसी ध्यान रखना है भी तुसी फिल कलर नाल रंग भर सकते हो। ठीक है जी, आपां इरेजर नाल इन्हां नूं साफ कर लैंदे आ। इदां ही तुसी शेप्स ने शिफ्ट बटन नाल स्केयर, बिल्कुल स्केयर वर्ग बनूगा शिफ्ट बटन तों वगैरह, रैक्टेंगल भी बना सकते हो ते कोई भी चौरस डब्बा तुसी बना सकते हो। देखो इहदे विच फिल कलर की मदद नाल तुसी रंग भर सकते हो। ठीक है जी, इदां ही राउंड कॉर्नर शिफ्ट बटन नाल बिल्कुल चौरस, नहीं तो जिहड़ी मर्जी तुसी शेप दे सकते हो। इदां ही बना सकते हो शेप्स, पॉलीगॉन। ठीक है जी, ये सारिया शेप्स तुसी ट्राइएंगल तुसी वरत लेनिया, शिफ्ट नाल सीधी ट्राइएंगल मतलब प्रॉपर ट्राइएंगल बनेगी शिफ्ट बटन नाल, नहीं तो तुसी किसी तरह की भी शेप की ट्राइएंगल बना सकते हो। उदों बाद पेंटागन, आ सारिया शेप्स तुसी देख लेना है जिदा शिफ्ट बटन नाल बिल्कुल प्रॉपर स्टार, इन्हां 'च तुसी रंग भर सकते हो। तुसी देख सकते हो इन्हां 'च तुसी रंग भर सकते हो फिल कलर की मदद नाल, कोई भी रंग भर लो। सिलेक्शन दस दवा रैक्टेंगुलर सिलेक्शन, जो कोई चोन करनी है सिलेक्शन हो गई। हुण तुसी डिलीट बटन तो साफ कर सकते हो, डिलीट बटन दब के जे कोई जे तुसी कोई फ्री फ्रॉम कुछ होर तरह की सिलेक्शन बनानी है तो डिलीट बटन ते उन्हों डिलीट कर सकते हो। देखो ये सिलेक्शन है फ्री फॉर्म सिलेक्शन, देखा रैक्टेंगुलर तो चौरस डब्बे जो सिलेक्शन बनूगी, तुसी किसी पर्टिकुलर एरिया एक खास एरिया ओपन है सारा चोन करना है तो सिलेक्शन सिलेक्ट ऑल डिलीट बटन दबो सारा साफ सिलेक्ट ऑल। सो जो तुसी कोई चीज़ बना ली जिदा आप एक शेप बना लें, ये रंग भर लें, असी आउटलाइन देखो तुसी इतों बदल सकते हो, ऑयल शेप की आउटलाइन, आउटलाइन तो तुसी बदल सकते हो, नो आउटलाइन करनी है तो दिखनी नहीं हैगी। ठीक है जी, ये तुसी रंग भर सकते हो जिदा पहला फिल कलर चुनो, रंग चुनो, ये भर दो। ठीक है जी, जिदा काला भर दो तो तुसी देखो पिछे रंग गुलाबी है, ये आउटलाइनिंग वो आउटलाइन तुसी शेप की आउटलाइन जिहड़ी हैगी है वो तुसी इत्थों चुन सकते हो, जो फिल कलर तुसी उत्थों पहला चुनिया आ वो उदां दा भरिया जाऊगा ये। ठीक है जी, फिल कलर का मतलब दूसरा कलर, जिदा मैं तुहानूं दिखाउंदा आ असी पहला शेप चुन ली, कलर दूजा असी ते हुण असी इत्थों आ देखो रंग बदल सकते हैं। सो ये जिहड़े दोनों टूल ने आउटलाइन टूल ते फिल टूल, ये शेप्स ते ही काम आउंदे ने ते पहला कलर दो च जो तुसी चीज़ चुनोगे वो फिल कलर च कलर दो वरत्या जाऊगा। ठीक है जी, जिदा गुलाबी देखो फिल कलर। ठीक है जी, ये तुसी देख लेना। हुण जदों तुसी अपनी बनाई हुई फाइल नूं सेव करना आ तां फाइल सेव एज जेपीजी जे पैग बोल दिंदे आ, इत्थे तुसी नाम दो जो तुसी दित्ता सीगा माई फाइल, पहला आपां माई फाइल दित्ता सी हुण माई फाइल एक दे दिंदे आ, सेव करो सेव हो जाएगा। ये माइक्रोसॉफ्ट पेंट सी, इत्थों ये बंद हुंदा आ, खोलण दा तरीका तुहानूं पता लग गया। ਜੇਕਰ ਤੁਸੀਂ ਕੁਛ ਕਰਿਆ ਆ ਅਤੇ ਤੁਸੀਂ ਕਰਨ ਤੋਂ ਬਾਅਦ ਸੇਵ ਨਹੀਂ ਕੀਤਾ ਅਤੇ ਤੁਸੀਂ ਕਲੋਜ਼ ਬਟਨ 'ਤੇ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਇਹ ਇੱਕ ਡਾਇਲੋਗ ਬਾਕਸ ਦੇਗਾ ਜਿਹਦੇ ਵਿੱਚ ਲਿਖਿਆ ਹੁੰਦਾ ਆ ਡੂ ਯੂ ਵਾਂਟ ਟੂ ਸੇਵ ਚੇਂਜਿਸ ਟੂ ਅਨਟਾਈਟਲਡ। ਇਹਦਾ ਮਤਲਬ ਹੈ ਕਿ ਤੁਸੀਂ ਆਪਣੇ ਚਿੱਤਰਕਾਰੀ ਕਰੀ ਹੋਈ ਨੂੰ ਸੇਵ ਕਰਨਾ ਚਾਹੁੰਦੇ ਹੋ, ਜੇ ਕਰਨਾ ਚਾਹੁੰਦੇ ਹੋ ਤਾਂ ਸੇਵ ਬਟਨ 'ਤੇ ਕਲਿੱਕ ਕਰੋ, ਉਹ ਤੁਹਾਨੂੰ ਨਾਮ ਪੁੱਛੇਗਾ, ਨਹੀਂ ਤਾਂ ਜੇ ਤੁਸੀਂ ਸੇਵ ਨਹੀਂ ਕਰਨਾ ਚਾਹੁੰਦੇ ਇੱਦਾਂ ਹੀ ਬੰਦ ਕਰਨਾ ਚਾਹੁੰਦੇ ਹੋ ਤਾਂ ਡੋਂਟ ਸੇਵ ਕਰ ਦਿਓ, ਬੰਦ ਹੋ ਜਾਏਗਾ। ਤੇ ਜੇ ਤੁਸੀਂ ਕੈਂਸਲ ਤੇ ਕਲਿੱਕ ਕਰੋਗੇ ਤਾਂ ਕੁਛ ਨਹੀਂ ਹੋਏਗਾ, ਬਿਲਕੁਲ ਜਿੱਥੇ ਤੁਸੀਂ ਪਹਿਲੀ ਪੋਜੀਸ਼ਨ 'ਚ ਸੀਗੇ ਉੱਥੇ ਉਹੀ ਸਟੇਟ 'ਚ ਤੁਸੀਂ ਆ ਜਾਓਗੇ। ਤੁਸੀਂ ਰੀਸਾਈਜ਼ ਜਦੋਂ ਤੁਸੀਂ ਕਰਨਾ ਆ, ਦੇਖੋ ਇਹਦੀ ਏਰੀਏ ਦੀ ਪੋਜੀਸ਼ਨ ਹੈ ਜਿੱਦਾਂ ਪਿਕਸਲਸ 500, ਓਕੇ ਦੇਖੋ ਆਹ ਸਾਈਜ਼ ਹੋ ਗਿਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਇਹ ਤੁਸੀਂ ਇੱਥੋਂ ਰੀਸਾਈਜ਼ ਤੋਂ ਵੀ ਕਰ ਸਕਦੇ ਹੋ। ਰੋਟੇਟ ਘੁਮਾਉਣਾ ਆ
ਠੀਕ ਹੈ ਜੀ, ਫਲਿੱਪ ਵਰਟੀਕਲ ਹੋਰੀਜ਼ੋਂਟਲ। ਉਦਾਹਰਣ ਦਿੰਦਾ ਹਾਂ ਮੈਂ ਤੁਹਾਨੂੰ, ਨਵਾਂ ਮੈਂ ਸਿਖਾ ਦੇਵਾਂ ਇਹ ਵੀ। ਸੋ ਅਸੀਂ ਇਹਨੂੰ ਛੋਟਾ ਕਰ ਲੈਂਦੇ ਹਾਂ ਤਾਂ ਕਿ ਸਾਨੂੰ ਦਿਖ ਜਾਵੇ। ਤਾਂ ਆਪਾਂ ਇੱਥੇ ਕੋਈ ਚੀਜ਼ ਪਾਉਂਦੇ ਹਾਂ, ਜਿੱਦਾਂ ਤੀਰ ਵਾਹ ਲੈਂਦੇ ਹਾਂ, ਅਤੇ ਇੱਕ ਮੈਂ ਹੋਰ ਚੀਜ਼ ਵਾਹ ਲੈਂਦਾ ਹਾਂ ਇੱਥੇ, ਤੁਹਾਨੂੰ ਪਤਾ ਲੱਗੇ। ਠੀਕ ਹੈ ਜੀ, ਹੁਣ ਰੋਟੇਟ 90 ਡਿਗਰੀ, ਦੇਖੋ ਸੱਜੇ ਨੂੰ ਘੁੰਮਿਆ, ਰੋਟੇਟ ਲੈਫਟ, ਠੀਕ ਹੈ ਜੀ, ਰੋਟੇਟ 180 ਡਿਗਰੀ ਥੱਲੇ ਨੂੰ ਹੋ ਗਿਆ ਸਾਰਾ ਕੁਝ, 180 ਡਿਗਰੀ ਵਰਟੀਕਲ, ਠੀਕ ਹੈ ਜੀ, ਵਰਟੀਕਲ ਥੱਲੇ ਨੂੰ, ਵਰਟੀਕਲ ਉੱਪਰ ਨੂੰ, ਹੋਰੀਜ਼ੋਂਟਲ ਐਰੋ ਖੱਬੇ ਪਾਸੇ ਆ ਗਿਆ, ਐਰੋ ਸੱਜੇ ਪਾਸੇ ਆ ਗਿਆ, ਤੁਹਾਨੂੰ ਪਤਾ ਹੀ ਲੱਗ ਗਿਆ। ਸੇਵ ਕਰਨੀ ਹੈ ਫਾਈਲ, ਸੇਵ ਐਜ, ਠੀਕ ਹੈ ਜੀ, ਪ੍ਰਿੰਟ ਕਰਨਾ ਹੈ ਤੁਸੀਂ ਇੱਥੋਂ ਪ੍ਰਿੰਟ ਕਰ ਸਕਦੇ ਹੋ, ਆਪਸ਼ਨ ਹੈ, ਸਾਰੀਆਂ ਆਪਸ਼ਨ ਤੁਸੀਂ ਦੇਖ ਲੈਣੀਆਂ ਆ, ਠੀਕ ਹੈ ਜੀ। ਅਬਾਊਟ ਪੇਂਟ 'ਤੇ ਜਾ ਕੇ ਉਹਦਾ ਵਰਜਨ ਪਤਾ ਲੱਗ ਜਾਏਗਾ ਤੁਹਾਨੂੰ, ਓਕੇ, ਅਤੇ ਫਾਈਲ 'ਤੇ ਜਾ ਕੇ ਤੁਸੀਂ ਐਗਜ਼ਿਟ ਵੀ ਕਰ ਸਕਦੇ ਹੋ। ਮਾਈਕਰੋਸੋਫਟ ਪੇਂਟ ਤੁਹਾਨੂੰ ਕੰਪਿਊਟਰ ਵਿੱਚ ਪੇਂਟਿੰਗ ਕਰਨ ਲਈ, ਚਿੱਤਰਕਾਰੀ ਕਰਨ ਲਈ ਸੁਵਿਧਾ ਦਿੰਦਾ ਆ। ਇਸ ਵਿੱਚ ਤੁਸੀਂ ਚਿੱਤਰਕਾਰੀ ਕਰ ਸਕਦੇ ਹੋ, ਅਲੱਗ ਅਲੱਗ ਟੂਲਸ ਵਰਤ ਸਕਦੇ ਹੋ, ਅਤੇ ਆਪਣੀ ਬਣਾਈ ਹੋਈ ਪੇਂਟਿੰਗ ਨੂੰ ਤੁਸੀਂ ਅਲੱਗ ਅਲੱਗ ਫਾਈਲ ਫਾਰਮੈਟ ਵਿੱਚ ਸੇਵ ਕਰ ਸਕਦੇ ਹੋ, ਠੀਕ ਹੈ ਜੀ। ਸੋ ਹੁਣ ਤੁਸੀਂ ਪ੍ਰੈਕਟਿਸ ਕਰਨੀ ਹੈ ਤਾਂ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਸਿੱਖ ਸਕੋ। ਥੈਂਕ ਯੂ ਵੈਰੀ ਮੱਚ।